ਅੰਮ੍ਰਿਤਸਰ ਦੇ ਵਾਰਡ ਨੰਬਰ 38 ਦੇ ਵਸਨੀਕਾਂ ਨੇ ਵਾਰਡ ਵਿੱਚ ਫੈਲੀ ਗੰਦਗੀ ਨੂੰ ਲੈ ਕੇ ਵਾਰਡ ਦੀ ਕੌਂਸਲਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਵਾਰਡ ਦੀ ਹਾਲਤ ਤਰਸਯੋਗ ਹੈ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਅਤੇ ਸੀਵਰੇਜ ਦਾ ਪ੍ਰਬੰਧ ਨਹੀਂ ਹੈ। ਜਦੋਂ ਇਹਨਾਂ ਸਮੱਸਿਆ ਸੰਬੰਧੀ ਸਾਡੇ ਪੱਤਰਕਾਰ ਨੇ ਵਾਰਡ ਕੌਂਸਲਰ ਗੁਰਜੀਤ ਕੌਰ ਨਾਲ ਗੱਲ ਕਰਨੀ ਚਾਹੀ, ਉਨ੍ਹਾਂ ਨੇ ਕਿਹਾ ਕਿ ਉਹ ਬੈਂਗਲੌਰ ਹਨ ਅਤੇ 2 ਦਿਨ ਬਾਅਦ ਵਾਪਸ ਆਉਣਗੇ, ਪਰ 2 ਦਿਨ ਬਾਅਦ ਫੋਨ ਕਰਨ ਤੇ ਵੀ ਉਹਨਾਂ ਨੇ ਆਪਣੇ ਬਾਹਰ ਹੋਣ ਦਾ ਹਵਾਲਾ ਦਿੱਤਾ। ਜਿਹੜੀਆਂ ਕੱਚੀਆਂ ਸੜਕਾਂ ਨੂੰ ਸੀਵਰ ਪਾਏ ਨਾ, ਸਾਰੇ ਬਹਿ ਗਏ ਹੋਏ, ਕਾਫੀ ਜੇ ਲੋਕੀ ਟੁੱਟੇ ਡਿੱਗ ਪੈਂਦੇ ਨੇ, ਤੇ ਨਾਲੇ ਸੀਵਰ ਸਟਾਰਟ ਕਰਨਾ ਚਾਹੀਦਾ, ਸੜਕਾਂ ਹੁਣ ਕੱਚੀਆਂ ਲੱਗਣੀਆਂ ਚਾਹੀਦੀਆਂ, ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਥੱਲੇ ਲੀਡਰ ਬਣਿਆ ਵੇ, ਉਹਨਾਂ ਨੂੰ ਮੈਂ ਕਿਹਾ ਸੀ ਗੰਦ ਚੁੱਕੋ, ਤੇ ਕਹਿੰਦੇ ਮੈਂ ਚੁੱਕਾਂਗੇ, ਤੇ ਚੁੱਕ ਕੇ ਨਹੀਂ ਗਿਆ। ਵੇਖੋ ਗੰਦ ਕਿੰਨਾ ਕਿੰਨਾ ਮੱਛਰ ਆ ਕੇ, ਵੇਖੋ ਕੈਮਰਾ ਮਾਰ ਕੇ ਵੇਖੋ ਕਿੰਨੀ ਗੰਦ, ਤੇ ਬੱਚੇ ਬਿਮਾਰ ਹੁੰਦੇ ਨੇ, ਕੀ ਫਾਇਦਾ ਲੀਡਰ ਬਣਨ ਦਾ। ਮੈਨੂੰ ਦੱਸੋ ਪਹਿਲਾਂ ਤੁਸੀਂ, ਜੇ ਗਰੀਬਾਂ ਦਾ ਨਹੀਂ ਬੋਲਿਆ, ਇੰਨੇ ਲੋਕ ਗਰੀਬ ਹੈ, ਕੋਈ ਹੱਦ ਨਹੀਂ ਇੱਥੋਂ ਦੇ, ਇੱਥੋਂ ਦੀ ਸੋਚੋ। ਇਹ ਲੋਕੀ ਬਾਹਰ ਦੀਆਂ ਸੋਚਦੇ, ਸੜਕਾਂ ਬਣਾ ਕੇ ਪੁੱਟ ਪੁੱਟ ਕੇ ਬਣਾਈ ਜਾਂਦੇ, ਪਰ ਲੋਕੀ ਆਦੇ ਗੰਦਾ ਪਾਣੀ ਪੀ ਰਹੇ ਵੇ, ਤੇ ਜੇ ਦੁੱਖ ਸਾਰਿਆਂ ਨੂੰ ਹੋਣਾ ਚਾਹੀਦਾ। ਬਿਮਾਰੀਆਂ ਲੱਗ ਜਾਏ, ਹੁਣ ਕੈਂਸਰ ਦੀ ਬਿਮਾਰੀ ਸਾਰਿਆਂ ਨੂੰ ਹੋ ਰਹੀ ਹੈ, ਗੰਦਗੀ ਤੋਂ ਹੋ ਰਹੀ ਹੈ ਨਾ, ਜਿੱਥੇ ਗੰਦਗੀ ਹੈਗੀ ਉੱਥੇ ਬਿਮਾਰੀਆਂ ਲੱਗਣਗੀਆਂ, ਤੁਸੀਂ ਆਪ ਸੋਚੋ। ਇਹ ਤੇ ਆਪ ਆਰਾਮ ਨਾਲ ਬੈਠੇ ਹੋਏ ਵੇ, ਲੀਡਰ ਬਣਨ ਦਾ ਇਹ ਥੋੜਾ ਕਿ ਆਪਣੇ ਘਰ ਜਾ ਕੇ ਬਹਿ ਜਾਓ, ਲੋਕਾਂ ਨੂੰ ਮਾਰ ਦੇਵੋ। ਇਹ ਸਾਡਾ 39 ਨੰਬਰ ਹੋਗਾ ਜੀ ਭਾਜੀ। ਇਹ ਕਿੰਨਾ ਚਿਰ ਹੋ ਗਿਆ ਜਿਹੜਾ ਇੱਥੋਂ, ਜਿਹੜਾ ਉਹਨਾਂ ਨੂੰ ਕੌਂਸਲਰ ਬਣਾਉਣ ਨੂੰ ਇਸ ਇਲਾਕੇ ਵਿੱਚ? ਡੇਢ ਕੁ ਸਾਲ, ਡੇਢ ਦੋ ਸਾਲ, 6 ਮਹੀਨੇ। ਬਹੁਤ ਬੁਰਾ ਹਾਲ ਹੈ, ਐਮਰਜੈਂਸੀ ਵਾਸਤੇ ਤਾਂ ਰਾਹ ਹੀ ਨਹੀਂ ਹੈਗਾ ਜੀ, ਬਹੁਤ ਚਿੱਕੜ ਆ, ਜਾਣ ਆਉਣ ਦਾ ਰਸਤਾ ਹੀ ਨਹੀਂ ਹੈਗਾ, ਕੋਈ ਮੇਨ ਰਸਤਾ ਹੀ ਨਹੀਂ ਹੈਗਾ, ਬਾਜ਼ਾਰਾਂ ਦਾ ਬਹੁਤ ਬੁਰਾ ਹਾਲ ਹੈ। ਕੋਈ ਗਲੀ ਪੱਕੀ ਬਣੀ ਹੈ ਜਾਂ ਕੋਈ ਗਲੀ ਨਹੀਂ ਪੱਕੀ ਬਣੀ, ਕੋਈ ਵਾਟਰ ਸਪਲਾਈ ਦਾ ਕਨੈਕਸ਼ਨ ਜਾਂ ਸੀਵਰੇਜ ਦਾ? ਵਾਟਰ ਸਪਲਾਈ ਹੈਗੀ ਪਰ ਪਾਣੀ ਜਾਣ ਦਾ ਕੋਈ ਨਿਕਾਸ ਨਹੀਂ ਹੈਗਾ, ਗੰਦਾ ਪਾਣੀ ਜਿਹੜਾ ਵੇਸਟ ਪਾਣੀ ਉਹਦਾ ਕੋਈ ਨਿਕਾਸ ਨਹੀਂ ਹੈਗਾ, ਵੇਟ ਪਾਣੀ ਨਿਕਾਸ ਨਹੀਂ ਹੈਗਾ। ਸੀਵਰ ਪ੍ਰਣਾਲੀ ਚੱਲਦੀ ਕੋਈ ਨਹੀਂ? ਸੀਵਰ ਪ੍ਰਣਾਲੀ ਵੀ ਨਹੀਂ ਚੱਲਦੀ ਹੋਰ, ਇਸ ਤੋਂ ਇਲਾਵਾ ਕੋਈ ਲਾਈਟਾਂ ਲੱਗੀਆਂ, ਲਾਈਟਾਂ ਵੀ ਨਹੀਂ ਜਗ ਰਹੀਆਂ ਜੇ, ਕੋਈ ਮਤਲਬ ਕੋਈ ਸਮੱਸਿਆ ਦਾ ਹੱਲ ਨਹੀਂ। ਹਾਂਜੀ, ਕਾਫੀ ਵਾਰੀ ਗਏ ਆ, 10 ਦਿਨਾਂ ਨੂੰ ਲਾਨੇ ਆ, ਇੱਦਾਂ ਕਰਦੇ ਉੱਦਾਂ, ਟਾਲ ਮਟੋਲ ਕਰ ਦਿੰਦੇ ਆ, ਕੋਈ ਕੋਈ ਐਕਸ਼ਨ ਨਹੀਂ ਲਿਆ, ਐਕਸ਼ਨ ਨਹੀਂ ਹੋਈ ਗੱਲਬਾਤ। ਕੀ ਕਹਿਣਾ ਚਾਹੁੰਦੇ ਤੁਸੀਂ ਜੇ ਨਾ ਸੁਣਾਈ ਤਾਂ ਕੀ ਕਰੋਗੇ ਤੁਸੀਂ? ਆਈ ਸਰਕਾਰ ਗਰੀ ਅਪੀਲ ਹੀ ਕਰ ਸਕਦੇ ਹਾਂ, ਸਾਡੀਆਂ ਇਹ ਮੁਸ਼ਕਲਾਂ ਵਾ ਵਾਦੀ ਵਿੱਚ, ਕਿ ਲੰਘਣ ਨੂੰ ਰਸਤਾ ਨਹੀਂ, ਮੀਂਹ ਪੈ ਜਾਂਦਾ, ਬਹੁਤ ਮੁਸ਼ਕਲ ਹੋ ਜਾਂਦੀ, ਸੀਵਰ ਸਾਡੇ ਚਾਲੂ ਨਹੀਂ ਹੋਏ, ਗਲੀ ਵਿੱਚ ਪਾਣੀ ਖਲੋਤਾ ਆ, ਬਹੁਤ ਮੁਸ਼ਕਲਾਂ, ਪਾਣੀ ਗੰਦਾ ਆ ਰਿਹਾ, ਮੱਛਰ ਸੂਰਿਆ, ਬਿਮਾਰੀਆਂ ਫਿਲ ਰਹੀਆਂ, ਕੋਈ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਸਾਡਾ, ਤੇ ਗਲੀਆਂ ਪੱਕੀਆਂ ਪਾਣੀਆਂ ਚਾਹੀਦੀਆਂ ਵਾ। ਅਸੀਂ ਤਾਂ ਬਹੁਤ ਅਜੇ ਗੰਦਗੀ ਦੇ ਵਿੱਚ ਬੈਠੇ ਹੋਏ ਹਾਂ, ਅਸੀਂ ਗੰਦਗੀ ਦੇ ਵਿੱਚ ਬੈਠੇ ਹਾਂ, ਸਾਡੀ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ, ਅਸੀਂ ਤਾਂ ਕਿਤੇ ਬਾਜ਼ਾਰਾਂ 'ਚ ਲੰਘਣਾ ਅਤੇ ਤੁਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ, ਅਸੀਂ ਤਾਂ ਇੰਨੇ ਤੰਗ ਹੈਗੇ ਹਾਂ, ਕੋਈ ਹਿਸਾਬ ਹੀ ਨਹੀਂ ਹੈ ਸਾਡੀਆਂ ਤਾਂ ਮੁਸ਼ਕਲਾਂ। ਸਰਕਾਰ ਘਰ ਬੇਨਤੀ ਆ, ਇਸ ਇੱਥੇ ਹਿਸਾਬ ਲਓ ਤੁਸੀਂ, ਜਦੋਂ ਮੀਂਹ ਪੈਂਦਾ ਨਾ, ਤੇ ਇੰਨਾ ਜਿਹੜਾ ਚਿੱਕਰ ਗਾਰਾ, ਜਿੱਥੇ ਕੋਈ ਚੀਜ਼ ਫਸ ਗਈ ਉੱਥੇ ਫਸ ਜਾਂਦੀ ਆ, ਤੇ ਨਾ ਬੰਦਾ ਆਉਣ ਨੂੰ, ਨਾ ਕੋਈ ਸੁਵਿਧਾ, ਇੱਥੇ ਪਾਣੀ ਵਿੱਚ ਮੱਛਰ ਪੈ ਰਿਹਾ, ਬੱਚੇ ਕਈ ਬਿਮਾਰੀਆਂ ਪੈ ਹੋ ਸਕਦੀਆਂ, ਕਿਸੇ ਨੂੰ ਕਿਸੇ ਨੂੰ ਕੋਈ ਬਿਮਾਰੀ ਹੋ ਰਹੀ, ਕਿਸੇ ਨੂੰ ਕਿਸੇ, ਇਹਦਾ ਕੋਈ ਹੱਲ ਨਹੀਂ। ਇਹਨੂੰ ਸਿਰਫ ਸਰਕਾਰ ਗਾਰੀ ਬੇਨਤੀ ਆ, ਸਾਡੇ ਜੋੜ ਕੇ ਅਪੀਲ ਕੀਤੀ ਜਾਂਦੀ ਹੈ, ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣ, ਅਤੇ ਸੜਕ ਦੇ ਜਿੱਦਾਂ ਵੀ ਹੋ ਸਕੇ ਉਹਨਾਂ ਦੀ ਆਪਣੀ ਕੋਲੀ ਉਸ ਨਾਲ ਸੜਕ ਬਣਾਈ ਜਾਵੇ। ਮੇਰਾ ਨਾਮ ਕੁਲਵੀਰ ਸਿੰਘ ਜੀ, ਸਰਕਾਰੀ ਐਲੀਮੈਂਟਰੀ ਸਕੂਲ ਖਾਲਸਾ ਨਗਰ ਤੋਂ ਮੈਂ ਬੋਲ ਰਿਹਾ। ਅਸੀਂ ਸਮੂਹ ਸਟਾਫ ਤੇ ਸਾਡੇ ਸਕੂਲ ਦੇ ਬੱਚੇ, ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ, ਜਿਹੜੀ ਇਹ ਖਾਲਸਾ ਨਗਰ ਦਾ ਰਸਤਾ ਆ ਗੰਦਗੀ ਨਾਲ ਭਰਿਆ ਆ, ਗੰਦਗੀ ਕਰਕੇ ਜਿਹੜੀਆਂ ਨੇ ਬੱਚਿਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਡਰ ਆ। ਜਦੋਂ ਮੀਂਹ ਕਣੀ ਹੁੰਦੀ ਆ ਤੇ ਸਾਡੇ ਬੱਚਿਆਂ ਦੀ ਗਿਣਤੀ ਜਿਹੜੀ ਆ ਲਗਾਤਾਰ ਘਟਦੀ ਜਾ ਰਹੀ ਆ, ਮੀਂਹ ਕਣੀ ਵਿੱਚ ਬੱਚੇ ਨਹੀਂ ਆ ਰਹੇ। ਜਿਹੜਾ ਸਾਡਾ ਸਟਾਫ ਆ ਤੇ ਬੱਚੇ ਨੇ, ਉਹਨਾਂ ਨੂੰ ਸਕੂਲ ਆ ਲੱਗਿਆ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਵਾਰ ਹੋਇਆ ਮੈਡਮ ਰਸਤੇ ਵਿੱਚ 1-2 ਵਾਰੀ ਡਿੱਗੇ ਵੀ ਨੇ ਐਕਟਿਵਾ ਤੋਂ, ਜਿਹੜੇ ਸਾਡੇ ਇੰਚਾਰਜ ਸਾਹਿਬ ਨੇ ਜਾਂ ਦੂਜੇ ਟੀਚਰ ਨੇ ਪੈਦਲ ਆਉਂਦੇ ਨੇ, ਉਹਨਾਂ ਨੂੰ ਤੁਰਨਾ ਵੀ ਜਿਹੜਾ ਵਾ ਬਹੁਤ ਮੁਸ਼ਕਲ ਹੋਇਆ ਵਾ।